ਸਤਿ ਸ਼੍ਰੀ ਅਕਾਲ ਦੋਸਤੋ ਜੁੜ ਚੁੱਕਿਓ ਫਿਰ ਤੋਂ ਟੂਡੇ ਪੰਜਾਬ نیوز ਚੈਨਲ ਦੇ ਨਾਲ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਗੱਲ ਕਰਦੇ ਆਂ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੋਣਵੀਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪਾਰਟ ਟਾਈਮ ਮਜ਼ਦੂਰਾਂ ਡਿਲੀਵਰੀ ਬੁਆਏਟ ਡਰਾਈਵਰਾਂ ਨੂੰ ਮਿਲਣਗੇ ईएसआईसी ईपीएफ ਸਮੇਤ ਕਈ ਫਾਇਦੇ ਮੋਦੀ ਸਰਕਾਰ ਲਿਆ ਰਹੀ ਹੈ ਨਵਾਂ ਕਾਨੂੰਨ ਅਯੁੱਧਾ ਦੇ 50 ਤਰ੍ਹਾਂ ਦੇ ਭੋਜਨਾਂ ਦਾ ਸਵਾਦ ਚਖਣਗੇ ਸ਼ਰਧਾਲੂ ਹਰ ਜ਼ੂਬੇ ਦੇ ਖਾਸ ਭੋਜਨ ਨੂੰ ਮਿਲੇਗੀ ਮੀਨੂ ਤੇ ਜਗ੍ਹਾ ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ ਠੰਡ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫੈਸਲਾ ਪੰਜਾਬ ਹਰਿਆਣਾ ਤੇ ਹਿਮਾਚਲ ਨੂੰ ਕੇਂਦਰ ਤੋਂ ਵੱਡੀ ਰਾਹਤ 6 ਜ਼ਿਲ੍ਹਿਆਂ 'ਚ ਸੀਜੀਐਸ ਸੀਜੀਐਚਐਸ ਖੋਲਣ ਨੂੰ ਦਿੱਤੀ ਮਨਜ਼ੂਰੀ ਹੁਣ ਕੱਚੇ ਕਾਮਿਆਂ ਦਾ ਹੋਵੇਗਾ 10 ਲੱਖ ਦਾ ਬੀਮਾ ਮੌਤ ਹੋਣ ਤੇ ਪਰਿਵਾਰ ਨੂੰ ਮਿਲੇਗੀ ਮਾਲੀ ਮਦਦ ਜਾਣਕੀ ਹੈ ਸਰਕਾਰ ਦਾ ਪਲਾਨ ਵਿਦੇਸ਼ ਜਾਣ ਲਈ ਕਾਲੇ ਪੰਜਾਬੀ ਵੇਚੀਆਂ 5639 ਕਰੋੜ ਰੁਪਏ ਦੀਆਂ ਜ਼ਮੀਨਾਂ ਪੰਜਾਬ 'ਚ ਨਹੀਂ ਹੋਵੇਗਾ ਆਪ ਦੇ ਕਾਂਗਰਸ ਦਾ ਕੱਟੜ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ ਕੋਰੇ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਮੌਸਮੀ ਭਾਗ ਨੇ ਦਿੱਤੀ ਚੇਤਾਵਨੀ ਅਕਾਲੀਆਂ ਦੀ ਟੱਕਰੀ ਤੇ ਸਿਰਫ ਚਿੱਟਾ ਤੋਲਿਆ ਗਿਆ ਰਵਨੀਤ ਬਿੱਟੂ ਨੇ ਹੱਸ ਪਰ ਕੌਰ ਤੇ ਸਾਧਿਆ ਨਿਸ਼ਾਨਾ ਪੰਜਾਬ ਐਂਡ ਸਿੰਧ ਬੈਂਕ ਸਮੇਟ ਤਿੰਨ ਬੈਂਕਾਂ ਤੇ ਲੱਗਿਆ 2.49 ਕਰੋੜ ਰੁਪਏ ਦਾ ਜੁਰਮਾਨਾ ਤਾ ਦੋਸਤੋ ਏਸੀ ਆਪਣੀਆਂ ਇਸ ਵਲੇ ਦੀਆਂ ਚੌੜਵੀਂ ਖਬਰਾਂ ਹੁਣ ਗੱਲ ਕਰਦੇ ਆ ਇਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਪਾਟੇ ਮਜ਼ਦੂਰਾਂ ਡਿਲੀਵਰੀ ਬੁਆਏਜ ਅਤੇ ਡਰਾਈਵਰਾਂ ਨੂੰ ਮਿਲਣਗੇ ਈਐਸਆਈਸੀ ਈਪੀਐਫ ਸਮੇਤ ਕਈ ਫਾਇਦੇ ਮੋਦੀ ਸਰਕਾਰ ਲਿਆ ਰਹੀ ਹੈ ਨਵਾਂ ਕਾਨੂੰਨ ਮੋਦੀ ਸਰਕਾਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਐਮਾਜ਼ਨ ਫਲਿੱਪਕਾਰਟ ਜ਼ੋਮੈਟੋ ਸੁਵੀਗੀ ਓਲਾ ਉਪਰ ਵਰਗ ਦੇ ਈ-ਕਾਮਰਸ ਕੰਪਨੀਆਂ ਵਿੱਚ ਪਾਰਟ-ਟਾਈਮ ਕੰਮ ਕਰਨ ਵਾਲੇ ਲੋਕਾਂ ਲਈ ਬਹੁਤ ਖੁਸ਼ਖਬਰੀ ਦੇਣ ਜਾ ਰਹੀ ਹੈ ਦਰਅਸਲ ਕੇਂਦਰ ਸਰਕਾਰ ਗਿਗ ਅਤੇ ਪਲੇਟਫਾਰਮ ਵਰਕਰ ਕਾਨੂੰਨ ਲਿਆਉਣ ਜਾ ਰਹੀ ਹੈ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਹ ਮਜ਼ਦੂਰ ਅਤੇ ਪਾਰਟ-ਟਾਈਮ ਨੌਕਰੀ ਕਰਨ ਵਾਲੇ ਲੋਕ ਵੀ ਈਐਸਆਈ ਅਤੇ ਦੁਰਘਟਨਾ ਬੀਮਾ ਦਾ ਲਾਭ ਲੈ ਸਕਣਗੇ ਤੁਹਾਨੂੰ ਦੱਸ ਦੇ ਕਿ ਇੰਨਾ ਵੱਡੇ ਈ-ਕਾਮਰਸ ਕੰਪਨੀਆਂ ਵਿੱਚ 4 ਤੋਂ 5 ਘੰਟੇ ਤੱਕ ਡਿਲੀਵਰੀ ਬੁਆਏ ਅਤੇ ਡਰਾਈਵਰ ਦੇ ਰੂਪ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਹੁਣ ਕਰਮਚਾਰੀ ਰਾਜ ਭਵਿੱਖ ਨਿਧੀ ਯੋਜਨਾ ਦੇ ਤਹਿਤ ਹਰ ਤਰ੍ਹਾਂ ਦੇ ਲਾਭ ਮਿਲਣਗੇ ਈਸ਼ਰਮ ਪੋਰਟਲ ਦੇ ਅਨੁਸਾਰ ਦੇਸ਼ ਵਿੱਚ ਫ੍ਰੀ ਲੈਂਸ ਜਾਂ ਥਰਡ ਪਾਰਟੀ ਸੰਪਰਕਰਨ ਤੇ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ ਇਸ ਸਮੇਂ ਲਗਭਗ 10 ਕਰੋੜ ਹੈ ਦਰਜਾ 2 ਤੋਂ 4 ਘੰਟੇ ਕੰਮ ਕਰਨ ਵਾਲੇ ਇਨ੍ਹਾਂ ਮਜ਼ਦੂਰਾਂ ਨੂੰ ਫਿਲਹਾਲ ਕੋਈ ਲਾਭ ਨਹੀਂ ਮਿਲ ਰਿਹਾ ਹੈ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਕਾਮਿਆਂ ਨੂੰ EPF ਅਤੇ ESIC ਵਰਗੀਆਂ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਅਗਲੀ ਖਬਰ ਅਯੁੱਧਿਆ ਚ ਪੰਜਾਬੀ ਤਰ੍ਹਾਂ ਦਾ ਭੋਜਨ ਦਾ ਸਵਾਦ ਚਖਣ ਕੇ ਸ਼ਰਧਾਲੂ ਹਾਰ ਸੂਬੇ ਚ ਖਾਸ ਭੋਜਨ ਨੂੰ ਮਿਲੇਗੀ ਮੇਨੂ ਚ ਜਗਾ RAMLALLA ਦੇ ਪਵਿੱਤਰ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਦੇਸੀ ਭਗਵਾਨਾਂ ਦਾ ਸਵਾਦ ਚਖਣ ਨੂੰ ਮਿਲੇਗਾ ਅਯੁੱਧਿਆ ਦੀ ਮਰਿਆਦਾ ਨੂੰ ਮੁੱਖ ਰੱਖਦੇ ਸ਼ੁੱਧ ਸਤਾਵਿਕ ਭੋਜਨ ਹੀ ਪਰੋਸਿਆ ਜਾਵੇਗਾ ਇਸ ਸੰਬੰਧੀ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ ਵੱਖ-ਵੱਖ ਰਾਜਾਂ ਦੀ ਪਛਾਣ ਰੱਖਣ ਵਾਲੇ ਪਕਵਾਨ ਵੀ ਤਿਆਰ ਕੀਤੇ ਜਾਣਗੇ ਜਿਵੇਂ ਕਿ ਲੱਟੀ ਚੋਖਾ ਰਾਜਸਥਾਨੀ ਦਾਲ ਬਾਟੀ ਚੁਰਮਾ ਪੰਜਾਬੀ ਤੜਕਾ ਦੱਖਣੀ ਭਾਰਤੀ ਮਸਾਲਾ ਡੋਸਾ, ਦੇਢਲੀ ਬੰਗਾਲੀ ਰਸਗੁੱਲੇ ਤੇ ਜਲੇਬੀ ਵਰਗੇ ਖਾਸ ਪਕਵਾਨ ਤੇ ਮਠਿਆਈਆਂ ਨੂੰ ਮੀਨੂ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ ਠੰਡ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫੈਸਲਾ ਜੀਹਾਂ ਦੋਸਤੋ ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ 'ਚ ਵਾਅਦਾ ਕਰ ਦਿੱਤਾ ਹੈ 5ਵੀਂ ਕਲਾਸ ਤੱਕ ਦੇ ਸਾਰੇ ਸਕੂਲਾਂ 'ਚ 21 ਜਨਵਰੀ 2024 ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ 6ਵੀਂ ਤੋਂ 12ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਹੋਵੇਗਾ ਇਸ ਦੇ ਨਾਲ ਹੀ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ ਮਾਜੋਕ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕਿੜਾਕੀ ਦੀ ਠੰਡ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ ਅਮ੍ਰਿਤ 15 ਜਨਵਰੀ ਤੋਂ 21 ਜਨਵਰੀ 2024 ਤੱਕ ਬੰਦ ਰਹਿਣਗੇ ਪੰਜਾਬ ਹਰਿਆਣਾ ਤੇ ਹਿਮਾਚਲ ਨੂੰ ਕੇਂਦਰ ਤੋਂ ਵੱਡੀ ਰਾਹਤ 6 ਜ਼ਿਲ੍ਹੇ ਚ ਸੀਜੀਐਚਐਸ ਖੋਲਣ ਦੀ ਦਿੱਤੀ ਮਨਜ਼ੂਰੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ ਇਹਨਾਂ ਤਿੰਨਾਂ ਰਾਜਾਂ ਦੇ 6 ਜ਼ਿਲ੍ਹਿਆਂ ਵਿੱਚ ਕੇਂਦਰ ਸਰਕਾਰ ਦੀ ਸਿਹਤ ਯੋਜਨਾ ਸੀਜੀਐਚਐਸ ਖੋਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੇਂਦਰੀ ਸੀਜੀਐਚਐਸ ਦੇ ਡਾਇਰੈਕਟਰ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਨੋਟੀਫਿਕੇਸ਼ਨ ਵਿੱਚ ਚੰਡੀਗੜ੍ਹ ਤੇ ਦਿੱਲੀ ਦੇ CGHS ਦੇ ਸਬੰਧਤ ਵਿਧੇਕ ਡਾਇਰੈਕਟਰਾਂ ਨੂੰ ਇਹਨਾਂ ਸ਼ਹਿਰਾਂ ਦਾ ਦੌਰਾ ਕਰਨ ਦੀਆਂ ਹਦਾਇਤਾਂ ਕੀ ਜਾਰੀ ਕੀਤੀਆਂ ਗਈਆਂ ਨੇ ਇਹ ਵੀ ਕਿਹਾ ਗਿਆ ਹੈ ਕਿ ਜਿਨ ਇਹਨਾਂ ਸਥਾਨਾਂ ਤੇ CGHS ਵੈਲਨੈਸ ਸੈਂਟਰ ਖੋਲਣ ਦੀ ਸੰਭਾਵਨਾ ਦਾ ਪਤਾ ਲਗਾਇਆ ਜਾਵੇ ਤੇ ਸ਼ਹਿਰਾਂ ਵਿੱਚ ਲਾਭਪਾਤੀਆਂ ਦੀ ਸੰਭਾਵਿਤ ਸੰਖਿਆ ਖਾਸ ਤੌਰ ਤੇ ਸੇਵਾ ਕਰ ਰਹੇ ਪੈਨਸ਼ਨਰਾਂ ਦੋਵਾਂ ਬਾਰੇ ਅੰਕੜੇ ਇਕੱਠੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਇਹਨਾਂ ਜ਼ਿਲ੍ਹਾ ਵਿਧੇ ਆਲੇ ਦੁਆਲੇ ਦੇ ਖੇਤਰਾਂ ਅਤੇ ਟੋਕੜ ਦੇ ਰਹਾਇਸ਼ਾਂ ਦੀ ਉਪਲਬਧਤਾ ਨੂੰ ਦੇਖਿਆ ਜਾਵੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਅਜਿਹਾ ਪੈਲ ਦੇ ਆਧਾਰ ਤੇ ਕੀਤਾ ਜਾਵੇ ਹੁਣ ਕੱਚੇ ਕਾਮਿਆਂ ਦਾ ਹੋਵੇਗਾ 10 ਲੱਖ ਦਾ ਬੀਮਾ ਮੌਤ ਹੋਣ ਦੇ ਪਰਿਵਾਰ ਨੂੰ ਮਿਲੇਗੀ ਮਾਲੀ ਮਦਦ ਜਾਣੂ ਕੀ ਹੈ ਸਰਕਾਰ ਦਾ ਪਲਾਨ ਜੋਖਮ ਵਾਲੇ ਖੇਤਰਾਂ ਚ ਅਨੇਕਾਂ ਔਕਿਆਈਆਂ ਦਾ ਸਾਹਮਣਾ ਕਰਦੇ ਵੱਖ-ਵੱਖ ਪ੍ਰੋਜੈਕਟਾਂ ਤੇ ਕੰਮ ਕਰਨ ਵਾਲੇ ਕੱਚੇ ਕਾਮਿਆਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਰਕਾਰ ਨੇ ਸੰਵੇਦਨਸ਼ੀਲਤਾ ਦਿਖਾਈ ਹੈ ਇਹਨਾਂ ਕਾਮਿਆਂ ਦੀ ਇਲਾਇ ਗਰੁੱਪ ਟਾਰਨ ਬੀਮਾ ਜੋ ਇਹਨਾਂ ਸ਼ੁਰੂ ਕਰਨ ਦੀ ਤਜਵੀਜ਼ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਨਜ਼ੂਰੀ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ ਕਿਸੇ ਵੀ ਕਾਮੇ ਦੀ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਬੀਮਾ ਰਾਸ਼ੀ ਮਾਲੀ ਸਹਾਇਤਾ ਵਜੋਂ ਮਿਲ ਸਕੇਗੀ ਸੀਮਾ ਸ਼ਰਕਾ ਸੰਗਠਨ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਵੱਲੋਂ ਜਿਹੜੇ ਕਾਮੇ ਭਾਰਤੀ ਕੀਤੇ ਜਾਂਦੇ ਨੇ ਉਹਨਾਂ ਨੂੰ ਕੱਚੇ ਕਾਮੇ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਤੇ ਇਹਨਾਂ ਦੀ ਸਮਾਜਿਕ ਸੁਰੱਖਿਆ ਦੀ ਚਿੰਤਾ ਕਰਦੇ ਰੱਖਿਆ ਮੰਤਰੀ ਨੇ ਗਰੁੱਪ ਟਰਮ ਬੀਮਾ ਜੋਇਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਤਜਵੀਜ਼ ਤਹਿਤ ਸੀਪੀਐਲ ਵਿੱਚ ਕਿਸੇ ਤਰ੍ਹਾਂ ਦੀ ਮੌਤ ਤੇ ਪਰਿਵਾਰ ਨੂੰ ਬੀਮਾ ਰਾਸ਼ੀ ਵਜੋਂ 10 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਵਦੇਸ਼ ਜਾਣਲੇ ਕਾਲੇ ਪੰਜਾਬੀ ਵੇਚਿਆ 5639 ਕਰੋੜ ਰੁਪਏ ਦੀਆਂ ਜ਼ਮੀਨਾਂ ਜੀਹਾਂ ਦੋਸਤੋ ਪੰਜਾਬ ਦੇ ਲੋਕਾਂ ਲਈ ਇੱਕ ਹੈਰਾਨ ਕਰਨ ਵਾਲੀ ਖਬਰ ਹੈ ਪੰਜਾਬ ਦੇ ਲੋਕਾਂ ਨੇ ਵਿਦੇਸ਼ ਜਾਣਲੇ 32 ਸਾਲਾਂ ਵਿੱਚ 14342 ਕਰੋੜ ਰੁਪਏ ਦਾ ਕਾਰਜ ਆ ਲਿਆ ਤੇ 5639 ਕਰੋੜ ਰੁਪਏ ਦੇ ਮਕਾਨ ਪਲਾਟ ਸੋਨਾ ਕਾਰਾਂ ਤੇ ਟਰੈਕਟਰ ਆਦ ਵਿੱਚ ਇਹ ਖੁਲਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਰਥਿਕ ਸ਼ਾਸਤਰੀਆਂ ਵੱਲੋਂ 1990 ਤੋਂ 2022 ਤੱਕ ਕੀਤੇ ਗਏ ਅਧਿਐਨ ਵਿੱਚ ਹੋਏ ਨੇ ਅਧਿਐਨ ਮੁਤਾਬਕ ਘਰਾਂ ਜਾਂ ਸੋਨਾ ਵੇਚ ਕੇ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਲੋਕ ਘੱਟ ਆਮਦਨ ਵਾਲੇ ਬੇਜ਼ਮੀਨੇ ਜਾਂ ਮਜ਼ਦੂਰ ਵਰਗ ਦੇ ਲੋਕ ਹਨ ਇਨ੍ਹਾਂ ਵਿੱਚੋਂ 56% ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਵਿਦੇਸ਼ ਪੇ ਜਲੇ ਪੈਸੇ ਉਧਾਰ ਲਏ ਸਨ ਤੇ ਇਸ ਵਿੱਚੋਂ ਵੀ 61% ਘਰਾਂ ਨੇ ਵੇਚ ਕੇ ਜਾਂ ਕਿਸੇ ادارے ਤੋਂ ਕਰਜ਼ਾ ਲਿਆ 39% ਪਰਿਵਾਰ ਨੇ ਆਪਣੇ ਜਾਣ ਪਛਾਣ ਵਾਲਿਆਂ ਜਾਂ ਹੋਰ ਥਾਵਾਂ ਤੋਂ ਕਾਰਜਾ ਲਿਆ ਸੀ ਇਨ੍ਹਾਂ 32 ਸਾਲਾਂ ਵਿੱਚ 74 ਫੀਸਦੀ ਪ੍ਰਵਾਸ 2016 ਤੋਂ ਬਾਅਦ ਹੀ ਹੋਇਆ ਸਭ ਦਾ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਕੈਨੇਡਾ ਜਿੱਥੇ 42% ਲੋਕ ਗਏ ਸਨ 16% ਲੋਕ ਦੁਬਈ 10% ਆਸਟ੍ਰੇਲੀਆ ਤੇ 6% ਇਟਲੀ ਤੇ 3% ਯੂਕੇ ਅਤੇ ਅਮਰੀਕਾ ਗਏ ਅਗਲੀ ਖਬਰ ਪੰਜਾਬ ਚ ਨਹੀਂ ਹੋਵੇਗਾ ਆਪ ਦੇ ਕਾਂਗਰਸ ਦਾ ਗੱਠਜੋੜ ਸੀਐਮ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ ਪੰਜਾਬ ਵਿੱਚ ਇੰਡੀਆ ਗੱਠਜੋੜ ਤਹਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਥ ਨਹੀਂ ਮਿਲਾਵੇਗੀ ਦੋਵੇਂ ਪਾਰਟੀਆਂ ਦੀ ਸੂਬਾਈ ਲੀਡਰਸ਼ਿਪ ਇਸ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੀ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਸੂਬੇ ਚ ਪਾਰਟੀ ਸਾਰੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਇਸ ਤੋਂ ਸਪਸ਼ਟ ਹੈ ਕਿ ਹੁਣ ਗੱਠਜੋੜ ਦੇ ਆਸਾਰ ਮਰਦਮਹਨ ਤੰਤਰਸਲ ਆਪ ਸੁਪਰੀਮਾ ਤੇ ਮੁੱਖ ਮੰਤਰੀ ਅਵਿੰਦ ਕੇਜਰੀਵਾਲ ਜਦੋਂ ਦਿੱਲੀ ਚ ਕਾਂਗਰਸ ਪਰ ਡਾਨ ਮਲਿਕ ਅਰਜਨ ਖੜਗੇ ਨਾਲ ਸੀਟਾਂ ਦੀ ਵੰਡ ਬਾਰੇ ਚਾਚਾ ਕਰ ਰਹੇ ਸਨ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਸੂਬੇ ਚ ਪਾਰਟੀ ਸਾਰੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਅਸਲੇ ਹੁਣ ਤੈ ਨਜ਼ਰ ਆ ਰਿਹਾ ਹੈ ਕਿ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋਣਗੀਆਂ ਜਣਕੀ ਉਹਨਾਂ ਦਾ ਇੰਡੀਆ ਗੱਠ ਜੋੜ ਨਹੀਂ ਹੋਵੇਗਾ ਕੋਰੇ ਕਣ ਫਸਲਾਂ ਨੂੰ ਭਾਰੀ ਨੁਕਸਾਨ ਮੌਸਮੀ ਭਾਗ ਨੇ ਦਿੱਤੀ ਚੇਤਾਵਨੀ ਪੂਰੇ ਤ੍ਰਿਪਾ ਸੋਚ ਠੰਡ ਦਾ ਪ੍ਰਗੋਪ ਲਗਾਤਾਰ ਜਾਰੀ ਹੈ ਇਸ ਦੌਰਾਨ ਮੌਸਮੀ ਭਾਗ ਨੇ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਠੰਡ ਦੀ ਚੇਤਾਵਨੀ ਜਾਰੀ ਕੀਤੀ ਹੈ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੂਰਬੀ ਰਾਜਸਥਾਨ ਹਰਿਆਣਾ ਅਤੇ ਪੰਜਾਬ 'ਚ ਠੰਡ ਕਾਰਨ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਮੌਸਮੀ ਭਾਗ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਉੱਤਰ ਪ੍ਰਾਚਮੀ ਭਾਰਤ ਦੇ ਮੈਦਾਨੀ ਇਲਾਕੇ ਚਗਲੇ ਚਾਦਰ ਤੱਕ ਠੰਡ ਵਧਣ ਦੀ ਸੰਭਾਵਨਾ ਤੋਂ ਇਲਾਵਾ ਅਗਲੇ 3 ਦਿਨਾਂ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਠੀਤ ਲਹਿਰ ਤੋਂ ਲੈ ਕੇ ਗੰਭੀਰ ਠੀਤ ਲਹਿਰ ਦੀ ਸੰਭਾਵਨਾ ਆਈਐਮਡੀ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਉਤਰੀ ਪਹਾਤ ਵਿੱਚ ਸੰਘਣੀ ਧੁੰਦ ਛਾਈ ਰਹੇਗੀ ਜਿਸ ਕਾਰਨ ਨਮੀ ਬਣੀ ਰਹੇਗੀ ਇਸ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਉਤਰੀ ਭਾਰਤ ਦੇ ਕਈ ਹਿੱਸਿਆਂ 'ਚ ਬਰਫਪਰੀਕਾਂ ਠੰਡ ਕਾਫੀ ਵਧ ਗਈ ਜਿਸ ਦਾ ਅਸਰ ਫਸਲਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਰੋਂ ਆਲੂ ਅਤੇ ਪਾਲਕ ਦੀ ਫਸਲ ਠੰਡ ਕਾਰਨ ਬਰਬਾਦ ਹੋ ਸਕਦੀ ਹੈ ਹਾਲਾਂਕਿ ਠੰਡ ਕੰਨ ਕ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਠੰਡ ਦੀ ਸੰਭਾਵਨਾ ਦੇ ਮੱਦੇਨਜ਼ਰ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਫਸਲਾਂ ਤੇ ਦਵਾਈਆਂ ਦਵਾਈਆਂ ਦਾ ਛਿੜਕਾ ਕਰਨ ਦੀ ਸਲਾਹ ਦਿੱਤੀ ਹੈ ਅਕਾਲੀਆਂ ਦੀ ਤਕਰੀਰ ਸਿਰਫ ਚਿੱਟਾ ਤੋਂ ਲੈ ਕੇ ਰਵਨੀਤ ਬਿੱਟੂ ਨੇ ਹਰਸ਼ਮਿਤ ਕੌਰ ਤੇ ਸਾਧਿਆ ਨਿਸ਼ਾਨਾ ਸ਼੍ਰੋਮਣੀ ਕਾਲੀਦਾਲ ਦੇ ਸ਼੍ਰੀ ਮੁਖਸਿਸ ਸਾਹਿਬ ਰੈਲੀ ਵਿੱਚ ਬਠਿੰਡਾ ਤੋਂ ਸੈਂਟਰ ਮੈਂਬਰ ਹਰਸ਼ਮਿਤ ਕੌਰ ਬਾਦਲ ਨੇ ਹਰਸ਼ਮਿਤ ਕੌਰ ਨੇ ਅਕਾਲੀ ਦਲ ਦੀ ਟੱਕੜ ਨੂੰ ਬਾਬੇ ਨਾਨਕ ਦੀ ਟੱਕੜੀ ਕਿਹਾ ਸੀ ਇਸ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਦੀ ਟੱਕੜੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹਰਸ਼ਮਿਤ ਕੌਰ ਨੇ ਇਸ ਬਿਆਨ ਖਾਸਮਤ ਦੇ ਇਸ ਬਿਆਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਫੀ ਪੜ ਕੇ ਬਿੱਟੂ ਨੇ ਕਿਹਾ ਕਿ ਰੈਲੀ ਵਿੱਚ ਸ਼੍ਰੋਮਣੀ ਕਾਲਜਦਲ ਇਸਤਰੀ ਵਿੰਗ ਨੂੰ ਸੰਬੋਧਨ ਕਰਦੇ ਸੰਸਦ ਮੈਂਬਰ ਹਰਸ਼ੀਮਤ ਕੌਰ ਬਾਦਲ ਕਹਿ ਰਹੀ ਸੀ ਕਿ ਕਾਲਜਦਲ ਦਾ ਚੋਰ ਨਿਸ਼ਾਨ ਟੱਕਰੀਏ ਇਹ ਬਾਬਾ ਨਾਨਕ ਜੀ ਦਾ ਨਿਸ਼ਾਨ ਹੈ ਬਿੱਟੂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕੱਲ ਨੂੰ ਕਾਂਗਰਸੀ ਵੀ ਕਹਿ ਸਕਦੇ ਹਨ ਕਿ ਪੰਜੇ ਦਾ ਨਿਸ਼ਾਨ ਬਾਬਾ ਨਾਨਕ ਜੀ ਦਾ ਹੈ ਉਹਨਾਂ ਨੇ ਉਸ ਪੰਜੇ ਨਾਲ ਪਹਾੜ ਨੂੰ ਰੋਕਿਆ ਸੀ ਬਿੱਟੂ ਨੇ ਕਿਹਾ ਕਿ ਕਾਲੀ ਦਲ ਗੁਰੂ ਮਹਾਰਾਜ ਦੇ ਨਿਸ਼ਾਨ ਨੂੰ ਸਿਆਸਤ ਵਿੱਚ ਕਿਵੇਂ ਜੋੜ ਸਕਦੇ ਬੇਟੂ ਨੇ ਕਿਹਾ ਕਿ ਬਾਬਾ ਨਾਨਕ ਜੀ ਦਾ ਪਰਮਾਨਾ ਹਮੇਸ਼ਾ 13-13 ਤੋਲਦਾ ਪਰ ਬਾਦਲਾਂ ਦਾ ਪਰਮਾਨਾ ਹਮੇਸ਼ਾ ਮੇਰਾ-ਮੇਰਾ ਤੋਲਦਾ ਹੈ ਅਸ ਤੱਕੜੇ ਵਿੱਚ ਕੇਵਲ ਚਿੱਟਾ ਹੀ ਤੋਲਿਆ ਗਿਆ ਬਾਦਲਾਂ ਦੇ ਤੱਕੜੇ ਵਿੱਚ ਅੱਜ ਵੀ ਚਿੱਟਾ ਤੋਲਿਆ ਜਾ ਰਿਹਾ ਹੈ ਬੇਟੂ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਨੂੰ ਸਵਾਲ ਕੀਤਾ ਕਿ ਹਲ ਸਬੰਧਕੌਰ ਖਿਲਾਫ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੇਕਰ ਕਾਂਗਰਸ ਨੇ ਪੰਜੇ ਬਾਰ ਇਹੋ ਗੱਲ ਕਹੀ ਹੁੰਦੀ ਤਾਂ ਹੁਣ ਤੱਕ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮੁੱਦਾ ਉਠਾਉਣਾ ਸੀ ਬੇਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਲਦ ਹੀ ਅਕਾਲ ਦਲ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪੰਜਾਬ ਸਰਦ ਮੈਂਕ ਸਮਿਤੀ ਤਿੰਨ ਬੈਂਕਾਂ ਤੇ ਲੱਗਾ 2.49 ਕਰੋੜ ਰੁਪਏ ਦਾ ਜੁਰਮਾਨਾ ਭਾਰਤੀ ਜ਼ਰਬੈਂਕ ਆਰਬੀਆਈ ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਕਰਨ ਲਈ ਤਨ ਲక్ష్ਮੀ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਸਮੇਤ ਤਿੰਨਾਂ ਬੈਂਕਾਂ ਤੇ ਕੁੱਲ 2.54 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਕੇਂਦਰੀ ਬੈਂਕ ਨੇ ਜਾਣ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਆਰਬੀਆਈ ਨੇ ਕਿਹਾ ਕਿ ਉਸਨੇ ਕਰਜ਼ਾ ਤੇ ਐਡਵਾਂਸ ਵਿਧਾਇਕ ਵਿਧਾਨਕ ਅਤੇ ਹੋਰ ਪਾਬੰਦੀਆਂ ਕੇਵਾਈਸੀ ਨਾਲ ਸੰਬੰਧ ਨਿਯਮਾਂ ਤੇ ਜਮਾ ਤੇ ਵਿਆਜ ਦਰਾਂ ਦੇ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਤਨ ਲక్ష్ਮੀ ਬੈਂਕ ਤੇ 1.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਇਸ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਤੇ ਲੋਨ ਅਤੇ ਐਡਵਾਂਸ ਵਿਧਾਨਕਾਂ ਤੇ ਹੋਰ ਪਾਬੰਦੀਆਂ ਤੇ ਕੁਝ ਨਿਰਦੇਸ਼ਾਂ ਦੇ ਪਾਲਣਾ ਨਾ ਕਰਨ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਕੇਂਦਰੀ ਬੈਂਕ ਨੇ ਕਸਟਮਰ ਸਰਵਿਸ ਇਨ ਬੈਂਕਾਂ ਤੇ ਜਾਰੀ ਹਦਾਇਤਾਂ ਦੇ ਪਾਲਣਾ ਨਾ ਕਰਨ ਲਈ ESF ਸਮਾਲ ਫਾਈਨੈਂਸ ਬੈਂਕ ਤੇ 29.55 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਤਾਂ ਦੋਸਤੋ ਇਸੇ ਨਾਲ ਹੀ ਆਪਣੀ ਆ ਅੱਜ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਦੇ ਆ ਅਗਲੇ ਦਿਨ ਦੀਆਂ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ